ਅਬ ਅੱਜ ਕੁਮ ਦੇ ਦਰਸ਼ਕੋ ਹੁਣ ਆਪਾਂ ਸਰਦਾਰ ਅਵਤਾਰ ਸਿੰਘ ਜੀ ਜਥੇਦਾਰ ਸਾਹਿਬ ਜੋ ਪੰਜਾਬ ਤੋਂ ਇੱਥੇ ਜਥੇਦਾਰ ਬਲਦੇਵ ਸਿੰਘ ਜੀ ਉਹਨਾਂ ਦੇ ਵੱਡੇ ਭਰਾਤਾ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਜੀ ਠੀਕ ਠਾਕ ਹੋ? ਹਾਂਜੀ ਸਰ ਜੀ ਭਲਾ ਜੀ। ਹਾਂਜੀ ਆਪਾਂ ਅੱਜ ਇੱਕ ਸਮਾਗਮ ਕੀਤਾ ਘਰ ਦੇ ਵਿੱਚ, ਕੀ ਸੀਗਾ ਪ੍ਰੋਗਰਾਮ ਉਹ? ਹਾਂਜੀ ਗੁਰਦੁਆਰਾ ਸਾਹਿਬ ਅਸੀਂ ਸਮਾਗਮ ਕੀਤਾ ਜੀ, ਥੋੜੀ ਦੇਰ ਤੋਂ ਸਹਿਲ ਪਾਲ ਸਾਹਿਬ ਆਰੰਭ ਕੀਤਾ ਜੀ ਗੁਰਦੁਆਰਾ ਸਾਹਿਬ। ਅੱਛਾ ਨਾਨਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਔਰ ਜੇਤੋਂ ਦੇ ਮੋਤੀ ਜੋ ਸ਼ਹੀਦ ਹੋਏ ਸਿੰਘ ਨਾ ਜੀ, ਉਹਨਾਂ ਦੀ ਯਾਦ ਵਿੱਚ ਅੱਜ ਕੁਛ ਉਪਰਾਲਾ ਕੀਤਾ ਵੀ ਜਦੋਂ ਕੌਮ ਦੇ ਸ਼ਤਾਬਦੀ ਸਮਾਗਮ ਮਨਾਏ ਆ ਪੰਥ ਨੇ, ਤੇ ਅਸੀਂ ਵੀ ਢੇਸਾ ਦੇ ਤੋਂ ਹੁਕਮ ਆਏ ਸੀ ਕੱਲ ਦਾ ਰੇਖ ਇੱਥੇ ਸਮਾਗਮ ਕਰੋ, ਜਾਣੀ ਉਹਨੇ ਸਰਕਾਰ ਨੇ ਵੀ ਫੈਸਲਾ ਬਹੁਤ ਵੱਡਾ ਵੀ ਦਿੱਤਾ ਸੱਤ ਤੋਂ ਜਾਣ ਤੋਂ ਰੋਕਿਆ ਮਨਕਾਲਾ ਦਾ ਸ਼ਤਾਬਦੀ ਪ੍ਰੋਗਰਾਮ ਮਨਾਉਣ ਜਾ ਰਹੇ ਹਾਂ ਜਿਹੜਾ ਰੋਕ ਲਾਈ ਗਏ ਨੇ ਨਾ, ਥੋੜਾ ਜਿਹਾ ਕੁਛ ਉਪਰਾਲਾ ਕਰਕੇ ਕੋਸ਼ਿਸ਼ ਕੀਤੀ ਹੈ ਵੀ ਜਦ ਸਮਾਗਮ ਕਰੀਏ ਲੋਕ ਜਾਗਰਤੀ ਪੈਦਾ ਕਰੀਏ ਤੇ ਅਸੀਂ ਵਧੀਆ ਜਨ ਕੀਰਤਨ ਜਗ੍ਹਾ ਵੀ ਆਇਆ ਸੀ ਕਥਾ ਨਾਲ ਗੱਡੀਆਂ ਚ ਦੇਖਿਆ ਮਨਕਾਲਾ ਸਾਹਿਬ ਦੇ ਸ਼ਹੀਦੀ ਸਕਤਾ ਜੇਤੋਂ ਦੇ ਮੋਰਚੇ ਦਾ ਜਨ ਕੀਰਤਨ ਵੀ ਕੀਤਾ। ਜਥੇਦਾਰ ਸਾਹਿਬ ਉਹਨਾਂ ਨੇ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਹੁਕਮ ਕੀਤਾ ਤੇ ਜਿਹੜਾ ਜਿੱਦਾਂ ਸਰਕਾਰ ਨੇ ਜਥਾ ਰੋਕਿਆ ਨਨਕਾਣਾ ਸਾਹਿਬ ਜਾਣ ਤੋਂ, ਉਹਨੂੰ ਤੁਸੀਂ ਕਿਸ ਨਜ਼ਰ ਚ ਦੇਖਦੇ ਆ ਵੀ ਕਿਉਂ ਰੋਕਿਆ ਗਿਆ, ਰੋਕਣਾ ਚਾਹੀਦਾ ਸੀ ਜਾਂ ਮਤਲਬ ਸਰਕਾਰ ਨੇ ਕੋਈ ਈਰਖਾ ਕੀਤੀ ਆ? ਬਿਲਕੁਲ ਜੀ ਬਿਲਕੁਲ, ਈਰਖਾ ਤਾਂ ਦੇਖੋ ਜਿੱਦਾਂ ਦਾ ਨਾ ਸਿੱਖ ਧਰਮ ਵਿੱਚ ਖੂਨ ਵੀ ਆਇਆ ਈਰਖਾ ਕਰਨ ਦੀ ਸਾਰੀਆਂ ਪੀੜੀਆਂ ਮੁਗਲ ਸਰਕਾਰਾਂ ਮੁਗਲ ਸਮੇਂ ਵੀ ਮੁਗਲਾਂ ਦੇ ਰਾਜ ਵੀ ਅੰਗਰੇਜ਼ਾਂ ਦੇ ਰਾਜ ਵੀ ਇਹ ਮੌਜੂਦਾ ਜੋ ਊਟ ਹੈ ਹੋ ਜਾ ਅੱਜ ਕੱਲ ਇਹ ਹਿੰਦੂ ਤਬਕੇ ਹਿੰਦੂ ਤਬਕੇ ਨਾ ਉਹ ਜਿਹਨੇ ਇਹਦਾ ਈਰਖਾ ਕਰਦੇ ਆਏ ਕਹਿੰਦੇ ਇਹ ਨਵੀਂ ਗੱਲ ਨੀ ਸਾਡੇ ਵਾਸਤੇ, ਇਹਦਾ ਇਹ ਪਤਾ ਈਰਖਾ ਵੀ ਸਿੱਖ ਕੌਮ ਨੂੰ ਕਿਸੇ ਨਾ ਕਿਸੇ ਤਰੀਕਾ ਥੱਲੇ ਲਾਉਣ ਦੀ ਕੋਸ਼ਿਸ਼ ਹੈ, ਇਹਨਾਂ ਨੂੰ ਸਿੱਖ ਧਰਮ ਨੇ ਵੱਧ ਬੁੱਧ ਦੇ ਕੇ ਖੋਜ ਨਹੀਂ ਗਏ ਉਹ ਪ੍ਰਚਾਰ ਹੋ ਰਿਹਾ ਵੱਧ ਤੋਂ ਵੱਧ ਹੈ ਮੌਕੇ ਜਾ ਕੇ ਦੇਖੋ ਟਿਕਟਾਂ ਲਈਆਂ ਸ਼ਰਧਾਲੂ ਗਏ ਉੱਥੋਂ ਆ ਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਤੇ ਉਹ ਇਹਦੇ ਬਾਅਦ ਹੋਰ ਕੀ ਹੈ ਜੀ ਜਿੱਥੇ ਮਤਲਬ ਕੋਰੋਨਾ ਦਾ ਬਹਾਨਾ ਲਾਉਂਦੇ ਆ ਜਾਂ ਉਹ ਸਰਕਾਰ ਕਹਿ ਰਹੀ ਹੈ ਸੁਰੱਖਿਅਤ ਕਰਕੇ ਅਸੀਂ ਤਾਂ ਮਤਲਬ ਉੱਥੇ ਸੁਰੱਖਿਆ ਦਾ ਖਤਰਾ ਹੋ ਸਕਦਾ ਤਾਂ ਕਰਕੇ ਰੋਕਿਆ ਗਿਆ, ਤੁਸੀਂ ਇਹਨੂੰ ਕਿੱਦਾਂ ਲੈਣੇ? ਦੇਖੋ ਜੀ ਕੋਈ ਸੁਰੱਖਿਆ ਖਤਰਾ ਨਹੀਂ, ਉਹ ਪਾਕਿਸਤਾਨ ਸਰਕਾਰ ਕਹਿੰਦੀ ਸਾਡੀ ਜਿੰਮੇਵਾਰੀ ਅਸੀਂ ਰਿਸਪੋਂਸੀਬਿਲਟੀ ਚੱਕਦੇ ਹਾਂ, ਇਹ ਸਾਡੀ ਜਿੰਮੇਵਾਰੀ ਸੁਰੱਖਿਆ ਦੀ ਪ੍ਰੋਟੈਕਸ਼ਨ ਅਸੀਂ ਦੇਣੀ ਹੈ ਤੁਸੀਂ ਨਹੀਂ ਦੇਣੀ ਹੈ ਨਾ, ਬਾਕੀ ਜਿਹੜਾ ਕੋਰੋਨਾ ਦਾ ਲਾਵੇ ਬਹਾਨਾ ਲੱਖਾਂ ਦੀ ਉਦਾਰ ਚ ਕਿੰਨੇ ਤਿੰਨ ਮਹੀਨੇ ਦਾ ਚੌਥਾ ਮਹੀਨਾ ਉੱਥੇ ਚੜ ਗਿਆ ਰੇਲਾਂ ਦੇ ਵਿੱਚ ਪੰਜਾਬ ਦੇ ਵਿੱਚ ਉੱਥੇ ਕੋਰੋਨਾ ਦਾ ਕੇਸ ਆਇਆ ਨੀ, ਬਹਾਨਾ ਮਾਰ ਰਹੇ ਜਿੱਦਾਂ ਜਿਹੜੇ ਉਹ ਕਰਤਾਰਪੁਰ ਸਾਹਿਬ ਲਾਂਘਾ ਵੀ ਬੰਦ ਕੀਤਾ ਹੋਈ ਸੀ ਆਰ ਜੇ ਕੀਤਾ ਬੰਦ ਤੇ ਹੋਰ ਕੋਈ ਬਹਾਨਾ ਮਾਰ ਕੇ ਪਹਿਲਾਂ ਲਾਕਡਾਊਨ ਲਾ ਤਾ ਕੋਰੋਨਾ ਦੇ ਵਿੱਚ ਲੋਕ ਅੰਦਰ ਬਾਹਰ ਦੇ ਆਪਣੇ ਲਾ ਕੇ ਕਾਨੂੰਨ ਸਾਫ਼ ਦਿੱਤੇ ਨੇ, ਆਪਣੇ ਕਾਨੂੰਨ ਔਰਡੀਨੈਂਸ ਲੈ ਜਾਂਦੇ ਆ ਉਹ ਲਾਗੂ ਕਰੀ ਜਾਂਦੇ ਨੇ। ਜਿੱਦਾਂ ਨਨਕਾਣਾ ਸਾਹਿਬ ਦੇ ਆਪਾਂ ਸਾਕੇ ਦੀ ਗੱਲ ਕਰਦੇ 100 ਸਾਲ ਹੋ ਗਿਆ ਜੱਟਾਂ ਦੇ ਮੋਰਚੇ ਦਾ ਵੀ ਮਤਲਬ ਤੁਸੀਂ ਯਾਦ ਮਨਾਈ ਆ, ਆਪਣਾ ਕੋਈ ਪਰਿਵਾਰਕ ਥਾਂ ਮਤਲਬ ਹੈਗਾ ਇਹਦੇ ਨਾਲ ਸੰਬੰਧ ਜੱਟਾਂ ਦੇ ਮੋਰਚੇ ਨਾਲ ਜਾਂ ਨਨਕਾਣਾ ਸਾਹਿਬ ਨਾਲ? ਹਾਂਜੀ ਦੇਖੋ ਮੇਰੇ ਬਾਬਾ ਜੀ ਹੈ ਨਾ 2013 ਸੀ ਤੇ ਮੈਂ ਉਦੋਂ ਕਾਲਜ ਵਿਚ ਪੜ੍ਹਦਾ ਹੁੰਦਾ ਸੀ 1984 ਵਿਚ, ਉਹ ਸਾਨੂੰ ਦੱਸਦੇ ਹੁੰਦੇ ਸੀ ਜਦੋਂ ਚੜ੍ਹਦੀ ਉਮਰ ਸੀ ਨਾ 20 ਸਾਲ ਦੀ ਉਮਰ ਸੀ ਉਦੋਂ ਇਹ ਜੈਤੋਂ ਦੇ ਮੋਰਚੇ ਜਿਹਨੇ ਹਿੱਸਾ ਲਿਆ ਜੀ ਪਾਰਟੀਸਪੇਟ ਕੀਤਾ ਗ੍ਰਿਫਤਾਰੀ ਦਿੱਤੀ ਜੀ, ਮੈਨੂੰ ਦੱਸਦੇ ਉਹਦੇ ਵਿੱਚ ਬੋਲਦਾ ਸੀ ਟਰਾਂਟੇ ਵਿੱਚ ਨਾ ਮੈਨੂੰ ਕਾਗਜ ਲੱਭੇ ਰੇਲਵੇ ਦੇ, ਮੈਨੂੰ ਰੇਲਵੇ ਚ ਨੌਕਰੀ ਕਰਦੇ ਰਿਟਾਇਰ ਹੋਏ ਰੇਲਵੇ ਚੋਂ ਤੇ ਇਹਦੇ ਵਿੱਚ ਮੈਨੂੰ ਕਾਗਜ ਲੱਭੇ ਵੀ ਇੰਨੇ ਨੰਬਰ ਗੈਰ ਚ 2.5 ਸਾਲ ਇਹਨਾਂ ਦੀ ਕੈਦ ਆ, ਉੱਥੇ ਮੈਨੂੰ ਕਾਗਜ ਲਵੋ ਵੀ ਖੁਦ ਹੀ ਦੱਸਦੇ ਹੁੰਦੇ ਵੀ ਅਸੀਂ 2.5 ਸਾਲ ਮੈਂ ਕਹਿੰਦਾ ਗ੍ਰਿਫਤਾਰ ਹੈ ਨਾਭਾ ਜੇਲ੍ਹ ਚ। ਸੀਸ ਲੱਗ ਜਾਵੇ ਜਾਂ ਮੋਰਚਾ ਫਤਿਹ ਹੋ ਜਾਵੇ, ਕਹਿੰਦੇ ਅਸੀਂ ਮੋਰਚਾ ਫਤਿਹ ਕਰਕੇ 101 ਖੰਡ ਪਾਠ ਕਰਾ ਕੇ ਤੇ ਅਸੀਂ ਘਰ ਆਏ ਸੀ, ਕਹਿੰਦੇ ਇਤਿਹਾਸ ਵੀ ਇਹੋ ਕਹਿੰਦਾ ਵੀ ਉੱਥੇ ਖੰਡ ਪਾਠ ਰੱਖਣ ਨੀ ਦਿੰਦੇ, ਆਰੰਭ ਨੀ ਕਰਦੇ ਪਹਿਲਾਂ ਖੰਡ ਪਾਠ ਖੰਡਨ ਕੀਤਾ ਸੀ ਨਾ, ਰਾਜਾ ਰਿਤੂ ਚੰਨੋ ਸਿੰਘ ਸੀਗਾ ਉਹਨੇ ਜਬਰੀ ਗੱਦੀ ਦਾ ਰਾਜ ਦਿੱਤਾ, ਉਹਦੇ ਰੋਸ ਵਜੋਂ ਇਹ ਮੋਰਚਾ ਲੱਗਾ ਸੀ ਸਿੱਖ ਪੰਥ ਵੱਲੋਂ। ਹਾਂਜੀ ਬਹੁਤ ਜਿਹੜਾ ਜੀ ਇਤਿਹਾਸ ਦਾ ਪਤਾ ਨੀ, ਮੈਂ ਚਾਹੂੰਗਾ ਕਿ ਥੋੜਾ ਜਿਹਾ ਇਹਦਾ ਵੇਰਵਾ ਦੱਸ ਵੀ ਦਿਓ ਜਿੱਦਾਂ ਮਤਲਬ ਸੰਖੇਪ ਰੂਪ ਦੇ ਵਿੱਚ ਕੀ ਸੀਗਾ ਜੱਟਾਂ ਦਾ ਮੋਰਚਾ।
ਜੈਤੋਂ ਨੂੰ ਮੋਤੇ ਹੈ ਜਿਹੜਾ ਨਾਭੀ ਰਿਆਜ਼ਾ ਰਹੇਗਾ ਰਾਜਾ ਹੈ ਨਾ ਰਿਤੂਦਮ ਸਿੰਘ ਹੈ ਰਿਤੂਦਮ ਸਿੰਘ ਉਹਦੀ ਜਾਣੀ ਉਹਨਾਂ ਨੇ ਜਾਣੀ ਜਬਰੀ ਅੰਗਰੇਜ਼ਾਂ ਨੇ ਔਰ ਗੱਦੀ ਨੂੰ ਲਾ ਦਿੱਤਾ ਸੀਗਾ ਈਰਖਾ ਕਰਕੇ ਹੈ ਨਾ ਪੂਰੇ ਗੁਰਵਸਤੀ ਦਾ ਜਾਣੀ ਸਿੱਖ ਪੰਥ ਦੇ ਜਾਣੀ ਅਕਾਲ ਦਲ ਸਾਹਿਬ ਤੋਂ ਮੋਰਚਾ ਲਾਇਆ ਸੀ ਗ੍ਰਿਫ਼ਤਾਰ ਕਰਨ ਫੈਸਲਾ ਲਿਆ ਪੰਜ ਪੰਜ ਸੌ ਦਾ ਜਥਾ ਇੱਥੇ ਭੇਜਿਆ ਜਾਵੇ ਬਹੁਤ ਜਿਆਦਾ ਪੰਜ ਸੌ ਦਾ ਹੋ ਗਿਆ ਜਥਾ ਫੇਰ ਹੋਰ ਜਾਣੀ ਕੋਈ ਸਰਕਾਰੀ ਕੀਤੀ ਉਹਨਾਂ ਨੇ ਹੋਰ ਗੋਲੀਆਂ ਚਲਾਈਆਂ ਬਹੁਤ ਜਿਆਦਾ ਸ਼ਹੀਦ ਕੀਤੇ ਬਰਗਾੜੀ ਜਿਹੜਾ ਪਿੱਛੇ ਮੋਰਚਾ ਲੱਗਾ ਰਹੀ ਬਰਗਾੜੀ ਪਿੰਡ ਤੋਂ ਵੀ ਮੋਰਚਾ ਗਿਆ ਇਸ ਮੋਰਚੇ ਸਾਫ਼ ਹੋ ਗਏ ਜੈਤੋਂ ਦੇ ਮੋਰਚੇ ਬਰਗਾੜੀ ਤੋਂ ਵੀ ਗਿਆ ਇਸ ਕਰਕੇ ਬੜੇ ਸ਼ਹੀਦੀਆਂ ਦਿੱਤੀਆਂ ਬੜਾ ਯੋਗਦਾਨ ਹੈ ਜੀ ਬੜੇ ਪੁਰਾਣੇ ਜਿਹੜੇ ਸਾਡੇ ਸਿੰਘ ਸੀਗੇ ਜਿਹੜੇ ਜਜ਼ਬਾਤੀ ਸਿੰਘ ਜੀ ਕੁਰਬਾਨੀ ਵਾਲੇ ਸਿੰਘ ਸੀਗੇ ਜੀ ਜਹਿਦਰ ਜੀ ਅਮਿਤਾਬ ਸਿੰਘ ਜਿਦਾਂ ਆਪਾਂ ਪੁਰਾਣੇ ਮੋਰਚਿਆਂ ਦੀ ਜਿਦਾਂ ਨਨਕਾਣਾ ਸਾਹਿਬ ਮੋਰਚੇ ਦੀ ਗੱਲ ਕਰਦੇ ਆ ਜੇ ਸਾਕੇ ਦੀ ਉਸ ਤਰ੍ਹਾਂ ਜੈਤਨ ਦੇ ਮੋਰਚੇ ਦੀ ਗੱਲ ਕਰਦੇ ਆ ਜਦੋਂ ਆਪਾਂ ਉਹ ਇਤਿਹਾਸ ਪੜ੍ਹਦੇ ਆ ਜਾਂ ਸੁਣਦੇ ਆ ਵੀ ਇੰਨਾ ਜ਼ੁਲਮ ਹੋਣ ਦੇ ਬਾਵਜੂਦ ਵੀ ਸ਼ਾਂਤਮਈ ਤੋੜ ਜਿਹੜੀ ਮਤਲਬ ਉਹਨਾਂ ਨੇ ਐਲਾਨ ਕਰਤਾ ਜਾਂ ਅਰਦਾਸ ਕਰਤੀ ਸੀ ਉਹਨੂੰ ਤੋੜਿਆ ਨੀ ਜਿੱਦਾਂ ਕਿਸੇ ਮਤਲਬ ਰੋਹ ਦੇ ਵਿੱਚ ਆ ਕੇ ਦੂਸਰਿਆਂ ਦੇ ਉੱਪਰ ਇਹ ਨੀ ਵੀ ਉਹਨਾਂ ਨੇ ਮਤਲਬ ਸ਼ਾਂਤਮਈ ਮੋਰਚੇ ਨੂੰ ਤੋੜਿਆ ਹੋਵੇ ਸ਼ਾਂਤਮਈ ਰੱਖੀ ਆ ਇਹ ਕਿਉਂ ਉਹੀ ਤਾਂ ਸ਼ਾਂਤਮਈ ਸ਼ਾਂਤਮਈ ਤੋਂ ਦੇਖੋ ਜਿਹੜੇ ਸ਼ਾਂਤਮਈ ਕਰਦੇ ਛੱਡ ਕਰਦੇ ਆ ਜੀ ਸ਼ਾਂਤਮਈ ਛੱਡ ਕਰਦੇ ਜਦੋਂ ਵੀ ਇਹਦੇ ਜਬਰ ਦੇ ਵਿੱਚੋਂ ਫਿਰ ਕਹਿੰਦੇ ਕੋਈ ਨਾ ਕੋਈ ਮੂੰਹ ਟੁੱਟਦੀ ਹੈ ਨਾ ਜੀ ਉਹਨਾਂ ਨੇ ਸਿੰਘਾਂ ਨੇ ਜਿਹੜੇ ਜਿੱਦਾਂ ਮਤਲਬ ਗੋਲੀਆਂ ਚੱਲਣ ਦੇ ਬਾਵਜੂਦ ਵੀ ਜਿੱਦਾਂ ਵਾਹਿਗੁਰੂ ਕਰੇਗਾ ਜਾਪ ਕਰੀਗਾ ਸ਼ਾਂਤਮਈ ਬਣਾਈ ਜਾਂ ਸ਼ਾਂਤਮਈ ਤੋੜੀ ਨਹੀਂ ਰੋਈ ਜੋ ਆਪਣਾ ਅਰਦਾਸ ਕੀਤੀ ਸ਼ਾਂਤਮਈ ਰਹਿ ਗਿਆ ਜੀ ਹਾਂ ਸ਼ਾਂਤਮਈ ਰਹਿ ਕੇ ਸਬਰ ਦੇ ਨਾਲ ਜ਼ਬਰ ਦਾ ਮੁਕਾਬਲਾ ਕੀਤਾ ਉਹਨਾਂ ਨੇ ਜੀ ਹਾਂਜੀ ਹਾਂਜੀ ਜਦੋਂ ਅੱਜ ਆਪਾਂ ਜਦੋਂ ਅੱਜ ਦੇ ਮੋਰਚਿਆਂ ਦੀ ਕੇਅਰ ਦੀ ਗੱਲ ਕਰਦੇ ਆ ਸਾਡੇ ਨੌਜਵਾਨ ਜਿੱਦਾਂ ਜਿਆਦਾ ਛੇਤੀ ਤੱਤੇ ਹੋ ਜਾਂਦੇ ਆ ਜਾਂ ਜਿਆਦਾ ਜੋਸ਼ ਆ ਜਾਂਦਾ ਵੀ ਜਦੋਂ ਜੇ ਕੋਈ ਮੋਰਚਾ ਸ਼ੁਰੂ ਹੁੰਦਾ ਆ ਮਤਲਬ ਉਹਨੂੰ ਅਸੀਂ ਜੇ ਕਹਿੰਦੇ ਅਸੀਂ ਸ਼ਾਂਤਮਈ ਰੱਖਣਾ ਤਾਂ ਉਹਨੂੰ ਸ਼ਾਂਤਮਈ ਮਤਲਬ ਉਹਨੂੰ ਜਿੱਦਾਂ ਟਿਚਰਾਂ ਕਰਨ ਜਾਂ ਉਹਨੂੰ ਅਰਾਮੇ ਦੇਣ ਲੱਗ ਪੈਂਦੇ ਆ ਜੀ ਹੁਣ ਤੁਸੀਂ ਸ਼ਾਂਤਮਈ ਕਿੰਨਾ ਚਿਰ ਬਣਾਈ ਰੱਖਣੀ ਆ ਤੇ ਤੁਸੀਂ ਦੇਖੋ ਜੈਤੋਂ ਦਾ ਮੋਰਚਾ ਕਿੰਨਾ ਚਿਰ ਲੱਗਾ ਰਿਹਾ 9 ਮਹੀਨੇ ਤੋਂ ਉੱਪਰ ਸ਼ਾਇਦ ਲੱਗਾ ਰਿਹਾ ਇਸੇ ਤਰ੍ਹਾਂ ਮਤਲਬ ਸ਼ਾਂਤਮਈ ਬਣਾਈ ਰੱਖੀ ਆ ਕੋਈ ਜਜ਼ਬਾ ਜਿੱਦਾਂ ਮਤਲਬ ਉਹਦੇ ਚ ਮਤਲਬ ਕੀ ਕਹਿੰਦੇ ਹੁੰਦੇ ਆ ਡਿਸਿਪਲਿਨ ਦੇ ਵਿੱਚ ਵੀ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਤਾਂ ਚਾਹੀਦਾ ਜਦੋਂ ਕੋਈ ਸਮੇਂ ਦੇ ਹਾਲਾਤ ਹੀ ਏਦਾਂ ਦੇ ਹੋ ਜਾਂਦੇ ਆ ਪਰ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜੀ ਹਾਂਜੀ ਉਦੋਂ 1984 ਜਦੋਂ ਇਹ ਸ਼ੁਰੂਆਤ ਹੋਈ ਆ ਪੰਜਾਬ ਦੇ ਮੂਵਮੈਂਟ ਚੱਲੀ ਮੈਂ ਕਾਲਜ ਪੜ੍ਹਦਾ ਹੁੰਦਾ ਸੀਗਾ ਜੀ ਅੱਛਾ ਜੀ 1984 ਗੌਰਮੈਂਟ ਕਾਲਜ ਹਾਸਪਿਟਲ ਮੈਂ ਪੋਸਟ ਲੈਂਗੁਏਜ ਵੀ ਕਰ ਰਿਹਾ ਸੀਗਾ ਓਕੇ ਉੱਥੇ ਆ ਜੀ ਛੇਵਸਨ ਵਾਲੇ ਆ ਗਿਆ ਕਾਲਜ ਬੰਦ ਕਰਨ ਪਿੰਡਰਾ ਵਾਲਾ ਅੰਮ੍ਰਿਤਾਬਾਦ ਮਹਿਤਾ ਅੰਮ੍ਰਿਤਾਬਾਦ ਮੈਂ ਸਾਹਮਣੇ ਦੋ ਬਰਾਂਡੇ ਦੇ ਵਿੱਚ ਉਹਦੇ ਸ਼੍ਰੀ ਅਖੰਡਪੁਰ ਸਾਹਿਬ ਰਾਮ ਸੀਗੇ ਇਸ ਸੰਬੰਧ ਵਿੱਚ ਉਹ ਜਿਹੜਾ ਬਰਨਾਲਾ ਸਰਕਾਰ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀਗਾ ਉਹਦਾ ਮੁੰਡਾ ਨਾ ਆਪਣੇ ਉੱਥੋਂ ਆਪਣੇ ਹਲਕੇ ਦੇ ਵਿੱਚੋਂ ਜਿਹੜੇ ਅਮਲੀ ਉਮਲੀ ਇਕੱਠੀ ਕਰੇ ਆ ਜਾਓ ਤੁਹਾਨੂੰ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਲਿਆਵਾਂ ਰਾਈਫਲਾਂ ਲੈ ਕੇ ਦਨਾਲੀਆਂ ਆਪਣੀ ਉਹਦੇ ਕੋਲ ਵਧੀਆ ਕੰਮ ਸੀ ਆਪਣੇ ਮੁੰਡੇ ਦਾ ਉਹਨੂੰ ਕਹਿ ਦਿੰਦੀ ਉਹਦਾ ਮੁੰਡੇ ਦਾ ਨਾਂ ਸੀ ਬਰਨਾਲੇ ਦੇ ਮੁੰਡੇ ਦਾ ਨਾ ਉੱਥੇ ਆ ਕੇ ਜਿਹਨੇ ਬੜਾ ਹੁਨਰ ਮਚਾਇਆ ਸੀ 1984 ਚ ਤੇ ਉਹਦੇ ਗੋਲੀ ਵੀ ਚਲਾਈ ਜਿਹੜੇ ਖੰਡਪੁਰ ਦੇ ਬੈਠੇ ਨਾ ਕਿਸਾਨ ਦੇ ਬੱਚੇ ਖੰਡਪੁਰ ਦੀ ਸੀ ਡਿਊਟੀ ਨਵਾ ਰਹੇ ਸੀ ਕਹਿੰਦੇ ਗੋਲੀ ਲੱਗੀ ਹੁੰਦੀ ਉਹਨੇ ਖੰਡਪੁਰ ਖੰਡਨ ਨੀ ਖੋਲਿਆ ਦੂਜੇ ਦਿਨ ਇਕਦਮ ਜਾ ਕੇ ਮਾਰੋ ਡਿਊਟੀ ਸੰਭਾਲ ਲਈ ਇਹਨਾਂ ਨੇ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਉਹਦੇ ਜਿਹੜੇ ਸਾਡੇ ਸਿੰਘ ਨਾ ਸੀਗੇ ਉਹਦੀ ਹੱਥੀ ਜਾ ਕੇ ਰਾਈਫਲਾਂ ਖੋਲੇ ਨਾਲੇ ਕੁੱਟੇ ਕਰਤੇ ਉਹਦੇ ਬਰਨਾਲੇ ਜਿਹੜੇ ਮੁੰਡੇ ਦੀ ਗੱਲ ਉਹ ਵੀ ਖੋਲੇ ਇਹਨਾਂ ਨੇ ਤੇ ਸਾਨੂੰ ਜਦੋਂ ਇੱਕ ਪਤਾ ਲੱਗਾ ਸਾਨੂੰ ਇਹ 17 ਤੇ 18 ਜਨਵਰੀ ਦੀ ਗੱਲ ਆ ਵੀ ਜਦੋਂ ਅਸੀਂ ਵੀ
ਚੜਾਈ ਕਰਕੇ ਲਿਖਦਾ ਹਾਂ ਚੜਾਈ ਕਰਕੇ ਆ ਬਹੁਤ ਮਸ਼ਹੂਰ ਹੈ ਯਾਨੀ ਉਹਨਾਂ ਨਾਂ ਸੀ ਪੰਜਾਬ ਦੇ ਜਿਹੜੀ ਫਰੀਦ ਜੀ ਉਹਨਾਂ ਨਾਂ ਸੀ ਤੇ ਮੈਂ ਵੀ ਉਹਨਾਂ ਨਾਲ ਹੀ ਸਾਥੀ ਹੁੰਦਾ ਉਹਨਾਂ ਦਾ ਸਾਈਡ ਤੋਂ ਚੱਲਦਾ ਹੁੰਦਾ ਵੀ ਅਸੀਂ ਮੈਂ ਤਾਂ ਬਾਪੂ ਵਾਸਤੇ ਅਸੀਂ ਬੱਸ ਫੜੀ ਜੀ ਘਰ ਵੀ ਦੱਸਿਆ ਮੈਂ ਕਿਹਾ ਅਸੀਂ ਜਿਹੜਾ ਉੱਥੇ ਕਿਸੇ ਸੁਣਿਆ ਬੇਟਾ ਵੀ ਅੰਮ੍ਰਿਤਸਰ ਚਲੇ ਗਏ ਆ ਆਪਣੇ ਕੋਈ ਖਾਸ ਕੱਪੜੇ ਵਾਲੀ ਕੋਈ ਜੋ ਲੋਹੇ ਦੀ ਬੁੱਕਰ ਮਾਰੀ ਸੀ ਸ਼ਹਿਰਾਂ ਕੋਲ ਲੈ ਗਏ ਬਸ ਉੱਥੇ ਅਸੀਂ ਸੱਤ ਦਿਨ 26 ਜਨਵਰੀ 1986 ਸਵਰਗ ਖਾਲਸਾ ਆਇਆ ਨਾ ਜੀ ਉਹ ਆਏ ਜੀ ਉਹ ਜਵਾਬ ਦਿੰਦਾ ਕਿ ਉੱਥੇ ਇੰਨਾ ਜੋਸ਼ ਹੈਗਾ ਨਾ ਸਾਡੇ ਵਿੱਚ ਤੇ ਉਹ ਫਿਰ ਪੁਲਿਸ ਦਾ ਸੁਨੇਹੇ ਭੇਜਣ ਲੱਗ ਗਏ ਡਿਊਟੀ ਦੇ ਸੁਨੇਹਾ ਭੇਜਿਆ ਤੇ ਤੁਸੀਂ ਏਦਾਂ ਕਰੋ ਬਰਨਾਲੇ ਦੇ ਮੁੰਡੇ ਜੀ ਨੇ ਗਾਣੇ ਆ ਗਗਨਦੀਪ ਜੀ ਉਹ ਦੇ ਦਿਓ ਸਾਨੂੰ ਸਾਨੂੰ ਜਿਹੜਾ ਮੌਕਾ ਨਾ ਮਿਲੇ ਵੀ ਜਾਂਦੇ ਅਸੀਂ ਤੁਹਾਨੂੰ ਜਾ ਕੇ ਐਂਟਰ ਹੋਈਏ ਬਾਕੀ ਜਿਹੜਾ ਬਾਕੀ ਗੱਲਾਂ ਤੁਸੀਂ ਰਹਿਣ ਦਿਓ ਫੈਸਲਾ ਕੀਤਾ ਚਲੋ ਉਹ ਤੁਹਾਡੀ ਉਹ ਗੱਲ ਉਹਨੇ ਦੇਣੇ ਆ ਕੀ ਆ ਉਹ ਗੱਲ ਉਹਨੇ ਨਾ ਤਾਂ ਫੇਸਤਾ ਨੀ ਕਰ ਗੱਲਾਂ ਨੇ ਕਾਫੀ ਚਿਰ ਪਹਿਲਾਂ ਨੀ ਹੈ ਕਹਿੰਦਾ ਪਾਪ ਜਾਣੀ ਮੌਕੇ ਦਾ ਸਮਾਂ ਇੱਦਾਂ ਦਾ ਆਉਂਦਾ ਫਿਰ ਜਿੱਦਾਂ ਹੁਣ ਤੁਹਾਨੂੰ ਪਤਾ ਜਾਨਪੁਰ ਨੂੰ ਬੁਲਾ ਕੇ ਹਾਲ ਦਾ ਸੁਣਨਾ ਸਾਡਾ ਸਾਡਾ ਆਪਣਾ ਗੱਲ ਸਾਡੀ ਜਿਹੜੀ ਸੋਚ ਜੰਗਾਂ ਯੁੱਧਾਂ ਨੇ ਲੜੀਆਂ ਸਾਰਾ ਕੁਛ ਕੀਤਾ ਲੇਕਿਨ ਜਦੋਂ ਜੇ ਸ਼ਾਂਤਮਈ ਮੋਰਚਾ ਰੱਖਿਆ ਤਾਂ ਉਹਨੂੰ ਸ਼ਾਂਤਮਈ ਰੱਖਿਆ ਟੁੱਟਣ ਨਹੀਂ ਦਿੱਤਾ ਸ਼ਾਂਤੀ ਵੀ ਕੋਈ ਹੱਦ ਵੀ ਹੁੰਦੀ ਹੈ ਨਾ ਜੀ ਸ਼ਾਂਤੀ ਸ਼ਾਂਤੀ ਜਿਹੜਾ ਕਹਿੰਦੇ ਹੁਣ ਸਾਨੂੰ ਜਿਹੜੇ ਖਾਲਸ ਗੁਰੂ ਗ੍ਰੰਥ ਨੇ ਪੰਥ ਸਾਜਿਆ ਸਫਾਈ ਪਹਿਲਾਂ ਖਾਨ ਤੇ ਫਿਰ ਸਫਾਈ ਹੈ ਨਾ ਭਗਤੀ ਤੇ ਸ਼ਕਤੀ ਜਾਣੀ ਦੋਨੋਂ ਇਕੱਠੀਆਂ ਚੱਲਦੀਆਂ ਬਰੋਬਰ ਚੱਲਦੀਆਂ ਹਨਾ ਜਿਹੜਾ ਆਪਣਾ ਗੁਰ ਇਤਿਹਾਸ ਆ ਉਹਦੇ ਵਿੱਚ ਪੀੜੀ ਜਿਹੜਾ ਸ਼ਾਂਤ ਪਈ ਆ ਤੇ ਪੰਜਵੇਂ ਪਾਸੇ ਸ਼ਾਂਤ ਵੀ ਝੀਰੀ ਦਿੱਤੀ ਗਈ ਆ ਤੇ ਛੇਵੇਂ ਪਾਸੇ ਹਥਿਆਰ ਬੰਦ ਹੋ ਕੇ ਉਹ ਬਦਲਾ ਲਿਆ ਜਿੱਦਾਂ ਕਹਿੰਦੇ ਵੀ ਮਾਰਗ ਵਿੱਚ ਸਾਨੂੰ ਕਰਨ ਕੀਤਾ ਸੀ ਤੇ ਮੈਂ ਚੰਦੂ ਕੇ ਨੱਕ ਦੇ ਨਕੇਲ ਪਾ ਕੇ ਦਿੱਲੀ ਦੇ ਲਾਹੌਰ ਦੀ ਏ ਕਈ ਜਗ੍ਹਾ ਰਹਿਣਾ ਮੈਨੂੰ ਹੱਥ ਨਾਲ ਪਾਪ ਲੱਗਣ ਭੈੜੀ ਕਮਾਈ ਕਰਨੀ ਚੋਰਾਂ ਦੇ ਜੋ ਲੱਗਦੇ ਆ ਮੈਨੂੰ ਲੱਗਦੇ ਨਾ ਬਦਲਾ ਲਵਾਂ ਆਪਣੇ ਪੰਥ ਨੂੰ ਕਾਇਮ ਕਰਕੇ ਸਿੱਖ ਸਿੰਘਾਂ ਨੂੰ ਕਿਹਾ ਵੀ ਮੈਂ ਇੱਕ ਐਸਾ ਪੰਥ ਚਲਾਵਾਂ ਜਿਹੜਾ ਰੰਗਦੇਵ ਕਹਿੰਦਾ ਇੱਕੋ ਹੀ ਹੋਣਾ ਉਹ ਕਹਿੰਦੇ ਮੈਂ ਵੀ ਤੀਜਾ ਪੰਥ ਵੀ ਚਲਾਉਣਾ ਹਨਾ ਇਸ ਕਰਕੇ ਜਿਹੜੀ ਸਾਨੂੰ ਜਿਹੜੀ ਸਿੱਖਿਆ ਤਾਂ ਵੈਸੇ ਇਹੋ ਹੀ ਆ ਜੀ ਪੂਰੀ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਕਰਾਂਗੇ ਅੱਜ ਆਪਾਂ ਜਿੱਦਾਂ ਜੈਤੋਂ ਦੇ ਮੋਰਚੇ ਦੇ ਜਿੱਦਾਂ ਤੁਸੀਂ ਪਿੰਡ ਮਨਾਇਆ ਤੇ ਉਹਦੇ ਸੰਬੰਧ ਦੇ ਵਿੱਚ ਜਾਂ ਜਿਹੜੇ ਤੁਹਾਡੇ ਬਜ਼ੁਰਗ ਹੋਏ ਆ ਬਾਬਾ ਜੀ ਉਹਨਾਂ ਦੇ ਸੰਬੰਧ ਦੇ ਵਿੱਚ ਹੋਰ ਜਿੱਦਾਂ ਸੰਗਤਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਕੀ ਦੱਸਣਾ ਚਾਹੁੰਦੇ ਵੀ ਜਦੋਂ ਮੋਰਚਾ ਅਖੀਰ ਦੇ ਵਿੱਚ ਜਿੱਤ ਕਿੱਦਾਂ ਪ੍ਰਾਪਤ ਹੋਈ ਜੈਤੋਂ ਦੇ ਮੋਰਚੇ ਦੇ ਵਿੱਚ ਦੇਖੀ ਜਿਹੜੀ ਜਿੱਤ ਹੋਈ ਹੈ ਨਾ ਜੀ ਪੂਰੀ ਸ਼ਾਂਤਮਈ ਰੱਖਿਆ ਜੇ ਤੁਸੀਂ ਤਾਂ ਬਿਲਕੁਲ ਸ਼ਾਂਤਮਈ ਦੇ ਜਜ਼ਬੇ ਚ ਰਹਿ ਕੇ ਜੋ ਅਰਦਾਸ ਕੀਤੀ ਸੀ ਸ਼ਾਂਤਮਈ ਰਹਿ ਕੇ ਕਹਿੰਦੇ ਨਾ ਜ਼ਬਰ ਦਾ ਸਬਰ ਦੇ ਨਾਲ ਜ਼ਬਰ ਦਾ ਮੁਕਾਬਲਾ ਕਰਕੇ ਆਪਣੀ ਜਿੱਤ ਪ੍ਰਾਪਤ ਕੀਤੀ ਸੀ ਅਖੰਡਪੁਰ ਸਾਹਿਬ 101 ਅਖੰਡਪੁਰ ਕਰਾਇਆ ਸੀ ਤੁਹਾਡੀ ਗੱਲ ਠੀਕ ਹੈ ਜੋ ਗੁਰੂ ਜੀ ਜੋ ਬਦਲ ਕੀਤਾ ਸੀ ਗੁਰੂ ਜੀ ਦੀ ਅਰਦਾਸ ਕੀਤੀ ਸੀ ਸ਼ਾਂਤੀ ਰਹਿਣੀ ਸੀ ਤੇ ਜਿਹੜਾ ਜਦੋਂ ਮਤਲਬ ਤਸ਼ੱਦਦ ਹੁੰਦਾ ਜਾਂ ਇਹੋ ਜਿਹੀਆਂ ਚੀਜ਼ਾਂ ਬੰਦੇ ਨੂੰ ਤੋੜ ਵੀ ਦਿੰਦੀਆਂ ਆ ਤੇ ਕਈ ਬੰਦੇ ਮਤਲਬ ਆਪਣਾ ਜਿੱਦਾਂ ਉਹ ਮੂਵਮੈਂਟ ਛੱਡ ਵੀ ਜਾਂਦੇ ਆ ਲੇਕਿਨ ਤੁਸੀਂ ਤਾਂ ਬਹੁਤ ਲੰਬੀ ਮੂਵਮੈਂਟ ਲੜੀ ਆ ਜਿੱਦਾਂ ਗੁਰਦਾਸਾ ਸਿੰਘ ਦੀ ਗੱਲ ਕੀਤੀ ਆ ਮੈਂ ਤਾਂ ਆਪ ਹੀ ਇਸ ਹੱਕ ਗਏ ਆ
बड़े अपने इलाके बड़े अमन टाइम रखी है और अभी आप बड़ा छद झलिया शरीर ज्यादा शरीर भी ज्यादा निखारा कर थाने रह रहा के सदा बहुत बड़ी काफी ज्यादा नुकसान होया चलो फिर भी अच्छा उन्होंने भाला मानने का मैं गुरु ने छद झले अभी चल रहे कोई गल नहीं हां जी गुरु के प्राण च जहेदा जी जिदा एक जिदा हम इस वेले क्योंकि भावे अपा जेडे धर्म के तौर पर किसी भी धर्म मानते हुए लेकिन आप सिख धर्म मानते हैं तो जिदा किसान मोर्चा लगा हुआ जिदा दिल्ली के बच्चे पंजाब च जिदा बहुत बड़ा रोल है पंजाब के लोगों का ओदे संबंध मोर्चे के संबंध भी कोई विचार तुसीं दसना चाहते लोगों को कुछ कहना चाहते हैं बिलकुल जी बिलकुल देखो जिन्होंने एक किसान है जी ये कोई दो नंबर का काम नहीं करता दसा ना उन्हें किरत करता अपनी मेहनत करता अपने परिवार को लगता उन्हें जो अपनी गल आता है जी मैं मेरे बाप साढ़े पहले फादर साहब रेलवे डिपार्टमेंट चेयर नौकरी करते थे बाबा भी रेलवे डिपार्टमेंट से रेलवे डिपार्टमेंट से उन्हें एक पेंशन 150 रुपया और मैं भी अभी 500 रुपया चेक होने मोर्चे की पंजाब सरकार ने सम्मानित किया तगमा दिता जी 72 समागम कर गया ने गवर्नमेंट कॉलेज हुशियारपुर तगमा देते 500 रुपया उसने पेंशन लगी जी ठीक है मैं साडे फादर साहब भी असि तो गौतम अब्दुल्ला शाह उत्ते सर्विस कर रहे थे 300 रिटायरमेंट आके लैके खेती करनी शुरू की और असि उदो तो लैके नाल फादर साहब की खेती करते थे उदो बाद साडे फादर साहब रिटायर हो गए मैं नौकरी बैंक एज ए मैनेजर में रिटायर होया बैंक की नौकरी जॉब कर रहे ना ही सर्विस खेती बाड़ी करते रहे खेती बाड़ी यानी ये सोचते रहे सू कोई बचत भी कोई होगी फसल का खर्च आई आमदन तो दूजी फसल लाती ना सू कोई भावड़े साढ़े दूजी चीजा सारे खादा लेबर डीजल कि महंगा हो सू तो भाव भी मिलता जी भाव सब मिले सू खेती बाड़ी करिए ना भी भाव मिलता फिर भी चलो जी जिम्मेदार अपना पैर मार के करता जी पर सानू हम सरकार कहते सानू हथियारे बनाने चाहिए सानू अपने मजदूर बनाने चाहिए हक हो के ना जो काले कानून कटे आने खतरनाक है सारी अगले आने जनरेशन होने बाद है ही नहीं अभी तक फट गुजरे नवी जगह खेती करूंगी नवी जगह का जी है भी मैं जरा अभी तक उधर भी जज्बाती नहीं थे जुलूस नहीं थेगा गांव का माहौल ही बड़ा खराब हो गया जी मर जाए सारी आने वाली पीढ़ी है सामू कहते कहते जी गवर्नमेंट की पॉलिसी है ना कॉर्पोरेट अदारे दे के सारा कुछ संभाल के सब तो मजदूर बना चाहते इतने साढ़े लेबर करो इतने तुम्हें जिदा हम बिहार के वाले जो जीए बेचारे इतने आ गए उसे खेल में जमीन रह गई है लेबर करके अपना गुजारा कर दिया ठीक है किसान मारू किसान मारू कानून है जी यह संघर्ष कर रही है उन्होंने कोई सुझा मतलब क्योंकि मूवमेंट लड़नी जिदा छातवी जिदा चाहते भी छातवी रख के लड़ी जाए सरकार तो उसको मस नहीं होंगी तो फिर की करना चाहिए हम देखो जी वैसे तो जी जिन्नी जी आप छातवी रहेंगे हथियार बंदे ताकत एड्डी वड्डी है दुनिया के इंडिया की काफी पावर है हथियार बंदे ना कि लड़ता नहीं रहेंगे लेकिन इधर ना जिन्नी पब्लिक ना जुड़ूंगी साथ मिलूंगा करना पैना कवर करना पैना जी जिन्ना इस मोर्चे कला पंजाब का ही समझे या सारे देश का है नहीं सारे देश का ही होंगे आम कहते बल का ही बन गया सारे बल की सपोर्ट दी बाहर रिजल्ट किन्ने पर पहुंचा अखबारा भी पढ़ते हैं जो मुजाहरे हो रहे ना ये सपोर्ट कर रहे जन जन अंदोलन बन गया तो सारे इंडिया के बन गए सर मजदूर वर्ग सर बैठे वो बीजेपी पार्टी छड़ के सारे सपोर्ट है कहीं कोई नहीं लखीरी हो रही है 100% नाल जिमीदार सपोर्ट कर रहे हैं ये देखो ये नहीं भी जानी गलत जिमीदार नुकसान है किसान सारे का ही होना और जी सारी चीजा मिलनी है ना जरूरी वास्ता जिदा अनाज या कोई होर जो चीजा मिलनी खाने चीजा है ना जी वो सारे ने महंगी ही मिलनी है खुले कई गरीब जंत नाते दाने मिलते हैं दाला मिलती है आटा मिलता है ये बंद हो जाए तो मैं कहना 84 बजे बहुत मूवमेंट चली थी उदो भी जाते रहे अभी मोर्चे हिस्सा लेते रहे हैं उन्होंने जो 1984 पेशन हो गया इन जी मूवमेंट जो कन्वर्ट कर दी थी बाजार है जो हम भी करते जी हर कोई खालिस्तानी है जी पाकिस्तानी है
ਹਾਂ ਜੀ ਨੈਟਲੈਟ ਨੈਟਲੈਟ ਆ ਨੈਟਲੈਟ ਵੀ ਕਹਿੰਦੇ ਉਹ ਕਈ ਕੋਈ ਲਾਉਂਦੇ ਐਲੀਗੇਸ਼ਨ ਲਾਉਂਦੇ ਆ ਹਾਂਜੀ ਉਹ ਕਰਕੇ ਖਤਮ ਕਰ ਦਿੱਤੀ ਸੀ ਉਹ ਚੱਲ ਹੁਣ ਚਲੋ ਹੁਣ ਏਦਾਂ ਥੋੜੇ ਪੜ੍ਹੇ ਲਿਖੇ ਜਮਾਨਾ ਨੈਟ ਦਾ ਜਮਾਨਾ ਪਤਾ ਨੀ ਲੱਗਦਾ ਹੁਣ ਤਾਂ ਇੱਕਦਮ ਮਰੀ ਕੋਈ ਨੀ ਇੱਕਦਮ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਜੀ ਠੀਕ ਹੈ ਆਪਣੀ ਗੱਡੀ ਬਣੀ ਮੈਂ ਇਹੋ ਕਹੂੰਗਾ ਵੀ ਆਪਣੀ ਨੀਤਿਕਾ ਬਣਾਈ ਰੱਖਣ ਛਾਂ ਨੀ ਰੱਖਣ ਜੋਰੀ ਜਾਣ ਤੋੜ ਨਾ ਕਿਸੇ ਨੂੰ ਮਾੜੇ ਮੋਟੇ ਚਲੋ ਉਹ ਚੱਲਦਾ ਰਹਿੰਦਾ ਫਾਰਕ ਫਲਾਨਾ ਏਦਾਂ ਹੋ ਗਿਆ ਏਦਾਂ ਹੋ ਗਿਆ ਤੇ ਹੁਣ ਸਾਨੂੰ ਵੀ ਜੇ ਸਵਾਲ ਕਰਦੇ ਜੇ ਦੇਖਣਾ ਚੜ੍ਹ ਮੇਰਾ ਦੇਖਣਗੇ ਜੀ ਦੇਖਣ ਦਾ ਮਤਲਬ ਇਹ ਹੈ ਜੇ ਦੇਖਣਗੇ ਤਾਂ ਆਪ ਮੰਨਗੇ ਤਾਂ ਪ੍ਰੋਬਲਮ ਛੱਡ ਰਹੇ ਜੇ ਕੋਈ ਆਪਣੇ ਲੈਵਲ ਤੇ ਲਿਆ ਸਕਦਾ ਵੀ ਇਸ ਵੇਲੇ ਲਿਆ ਇਸ ਵੇਲੇ ਕੋਈ ਨੀ ਲਾਊਗਾ ਫੈਸਲਾ ਜਿਦਾਂ ਤੁਸੀਂ ਕਹਿੰਦੇ ਜਨ ਅੰਦੋਲਨ ਬਣ ਗਿਆ ਮੇਰਾ ਖਿਆਲ ਕਿਸਾਨਾਂ ਦੇ ਵੀ ਹੱਥੋਂ ਗੱਲ ਜਿੱਦਾਂ ਹੈ ਨੀ ਗੀ ਵੀ ਜਿੱਦਾਂ ਉਹ ਅੱਗੇ ਅੰਦਰ ਬਹਿ ਕੇ ਜਾਂ ਕੀ ਕਹਿੰਦੇ ਹੁੰਦੇ ਆ ਵੀ ਕੋਈ ਸਮਝੌਤਾ ਹੋ ਜਾਊਗਾ ਉਹ ਏਦਾਂ ਦੀ ਗੱਲ ਦੇਖੋ ਪੋਲੀਟੀਕਲ ਇੰਟਰਫੀਅਰ ਹੋ ਜਾਂਦੇ ਨਾ ਜਦੋਂ ਪੋਲੀਟੀਕਲ ਆਗੂ ਦੇ ਆ ਜਾਂਦੇ ਸੀ ਤਾਂ ਹੁਣ ਖਤਮ ਹੋ ਜਾਣਾ ਸੀ ਪੋਲੀਟੀਕਲ ਇੰਟਰਫੀਅਰ ਨਹੀਂ ਹੋਈ ਕਰਕੇ ਇਹ ਅੰਦੋਲਨ ਬਚੇ ਆਇਆ ਜਦੋਂ ਵੀ ਉਹ ਪੋਲੀਟੀਕਲ ਬੰਦੇ ਨੂੰ ਕੋਈ ਨਾਲ ਨਹੀਂ ਪਿੱਛੇ ਹਿੱਸਾ ਲੈ ਨਹੀਂ ਦਿੱਤਾ ਇੱਕਦਮ ਸਾਈਡ ਤੋਂ ਵੀ ਸਪੋਰਟ ਕਰੋ ਸਾਨੂੰ ਮੋਹਰੇ ਇਹਨਾਂ ਨੂੰ ਇਹ ਨਹੀਂ ਲੱਗਾ ਗੋ ਮੋ ਕਰੀ ਦੇਣਾ ਸੀਗਾ ਗੋਰੀ ਬਤਲ ਇਕੱਠਾ ਕਰ ਦੇਣਾ ਸੀਗਾ ਉਹਨੂੰ ਤਾਂ ਫਿਰ ਚਲੋ ਆ ਫਿਰ ਜ਼ਿਮੀਦਾਰ ਜਿਹੜੇ ਆਗੂ ਆ ਨਾ ਬੜੇ ਸੋਝੇ ਹੋ ਜੀ ਪੜ੍ਹੇ ਲਿਖੇ ਆ ਤੇ ਜਿਹਨਾਂ ਗੱਲਾਂ ਸਾਨੂੰ ਉਹਨਾਂ ਨੂੰ ਪਤਾ ਲੱਗਦਾ ਵੀ ਵਾਕਿਆ ਵੀ ਲੜ ਰਹੇ ਮੂੰਹ ਮੁੱਟੇ ਹੋ ਦੇਖੋ ਇੱਡੀ ਬੜੀ ਸੰਗਾਦ ਜਾ ਕੇ ਸਵਾਲ ਜਵਾਬ ਕਰਨੇ 11 ਮੀਟਿੰਗਾਂ ਜਿੱਤੀਆਂ ਜਵਾਬ ਨਹੀਂ ਆਉਂਦਾ ਮੋਰੇ ਜਿੱਥੇ ਇਲੈਕਸ਼ਨ ਹੋ ਰਹੀਆਂ ਸਾਰੇ ਸੂਬਿਆਂ ਚ ਜਾ ਕੇ ਉਸ ਭਾਸ਼ਾ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਹੋਵੇ ਬੀਜੇਪੀ ਨੂੰ ਵੋਟ ਨਾ ਪਾਓ ਹੋਰ ਜਿਹਨੂੰ ਮਰਜ਼ੀ ਪਾਓ ਬੜੇ ਜ਼ੋਰ ਸ਼ੋਰ ਲੱਗੇ ਮੈਂ ਕਹਿੰਦਾ ਭੰਗੇ ਆ ਜਿਹੜੀ ਇੰਨੇ ਠੰਡ ਦੇ ਵਿੱਚ ਮੋਰਚਾ ਕੱਢਿਆ ਸਹਾਸਾ ਰੋਜ਼ ਦੋ ਤਿੰਨ ਚਾਰ ਆਉਂਦੀ ਆ ਜੀ ਜਿਹੜੇ ਲੰਗਰ ਚੱਲਦਾ ਮਹਾਰਾਜ ਕਿਰਪਾ ਕਰਨ ਤੇ ਮੋਰਚਾ ਸਫਲੇ ਹੋਵੇ ਤੇ ਮੈਂ ਕਿਸਾਨ ਜਿਹੜੇ ਆਗੂ ਆ ਨਾ ਜੀ ਕਰੋ ਹੱਥ ਜੋੜ ਕੇ ਵੀ ਮਿੱਤਰੋ ਆਪਣਾ ਤੁਸੀਂ ਏਕਾ ਬਣਾ ਰੱਖਿਓ ਆਪਣੀ ਸਪੋਰਟ ਨਾ ਦਿਖਾ ਲਿਓ ਤੁਹਾਡੀ ਕੌਮ ਨੂੰ ਕਿਸਾਨ ਸਾਰਾ ਵਰਗ ਤੁਹਾਡੇ ਜੀ ਤੁਹਾਡੇ ਨਾਲ ਆ ਸਿੱਖ ਨਾ ਦਿਖਾ ਲਿਓ ਹੁਣ ਤੁਸੀਂ ਹਨਾ ਮੈਂ ਕਿਸੇ ਗੱਲ ਨੂੰ ਕਹੂੰਗਾ ਜੀ ਕਿਸਾਨਾਂ ਨੂੰ ਜਿਹੋ ਜੀ ਆਖਿਰ ਦੇ ਵਿੱਚ ਆਪਾਂ ਮੁੜ ਕੇ ਉੱਥੇ ਆ ਜਾਂਦੇ ਹਾਂ ਮਤਲਬ ਜਿਹੜਾ ਸਾਡਾ ਇਤਿਹਾਸ ਆ ਜਿਹੜੇ ਤੁਸੀਂ ਅੱਜ ਦਿਨ ਮਨਾਇਆ ਵੀ ਆ ਸਾਕਾ ਨਨਕਾਣਾ ਸਾਹਿਬ ਦੇ ਜੱਟਾਂ ਦੇ ਮੋਰਚੇ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਲੇਕਿਨ ਤੁਸੀਂ ਦੱਸਣੀ ਚਾਹੁੰਦੇ ਹੋ ਦੱਸ ਸਕਦੇ ਮੈਂ ਤੇਰੀ ਨਾਲ ਮੇਰ ਬਹੁਤ ਹੋਈ ਕੀ ਹੈ ਸਾਰੀ ਗੱਲਾਂ ਮੋਟੀ ਮੋਟੀ ਜਿੰਨੀ ਗੱਲ ਉਹ ਇੰਨੀ ਕਿ ਸਮਝ ਤੇ ਇੰਨੀ ਕਿ ਗੱਲਾਂ ਹੋਣੀਆਂ ਨਹੀਂ ਆ ਜੀ ਠੀਕ ਵਾਰੀ ਫਿਰ ਜਦੋਂ ਤਿਆਰੀ ਜ਼ਿਆਦਾ ਕੀਤੀ ਜਦੋਂ ਬੰਦਾ ਬਹੁਤ ਬੋਲ ਲੈਂਦਾ ਠੀਕ ਉਹ ਹਾਂਜੀ ਹਾਂਜੀ ਲੋਣੇ ਕੀ ਦੱਸ ਜਿਹਦਾ ਮਾਹੌਲ ਪੈਦਾ ਹੁੰਦਾ ਜਿਹੜੀ ਸ਼੍ਰੋਮਣੀ ਕਮੇਟੀ ਨੇ ਮਨਾਇਆ ਸ਼ਤਾਬਦੀ ਪ੍ਰੋਗਰਾਮ ਮਨਾਇਆ ਉਹ ਨਨਕਾਣਾ ਸਾਹਿਬ ਇਹਦਾ ਬੜਾ ਫਿਰ ਪ੍ਰਚਾਰ ਹੁੰਦਾ ਪਹਿਲਾਂ ਤੋਂ ਅਸੀਂ ਕਥਾ ਸਾਹਿਬ ਜਿਹੜੇ ਉਹ ਵੀ ਪ੍ਰਚਾਰ ਕਰਦੇ ਆ ਪ੍ਰਚਾਰ ਨੂੰ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਲੱਗੇ ਨਾ ਸਾਡੇ ਪਿੱਛੇ ਕੀ ਇਤਿਹਾਸ ਹੋਇਆ ਇਤਿਹਾਸ ਵਾਲੀ ਜਾਣਨਾ ਵੀ ਪਹਿਲੇ ਕਿਹੜੇ ਜਿਹੜੇ ਕੰਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਆ ਕੰਮਾਂ ਹੀ ਖਤਮ ਹੋ ਜਾਂਦੀਆਂ ਜੇ ਆਪਾਂ ਇਤਿਹਾਸ ਨੂੰ ਜਿੰਦਾ ਰੱਖਾਂਗੇ ਅਗਲੀ ਜਨਰੇਸ਼ਨ ਦੱਸਾਂਗੇ ਹਾਂ ਵੀ ਸਾਡਾ ਇਤਿਹਾਸ ਬੜਾ ਗੌਰਵਮਈ ਆ ਤੇ ਫਿਰ ਯਾਰ ਜੇ ਇਤਿਹਾਸ ਜੀ ਇਤਿਹਾਸ ਤੋਂ ਪਰੇ ਹੋ ਗਈ ਨਵੀਂ ਪੀੜ੍ਹੀ ਇਹ ਤਾਂ ਫਤਿਹ ਹੈ ਜੀ ਫਿਰ ਤਾਂ ਗੱਲ ਹੋ ਰਹੀ ਹੈ ਜੀ ਬਦਾਰਾ ਮਾਰੀ ਤੇ ਨਜ਼ਦੀਕ ਆ ਜੀ ਸ਼ਾਮ ਤੇ ਰੱਖੀ ਹੁਸ਼ਿਆਰਪੁਰ ਤੇ ਤਹਿਸੀਲ ਵੀ ਹੁਸ਼ਿਆਰਪੁਰ ਆ ਤੇ ਇਧਰ ਹੈਗਾ ਆਦਮਪੁਰ ਸਾਡਾ ਵੀ ਬਾਦਲਾ ਪਿੰਡ ਆ ਜੀ ਹੁਸ਼ਿਆਰਪੁਰ ਦੇ ਬਾਦਲ ਦੇ ਜਲੰਧਰ ਵੀ ਬਾਦਲ ਰਹੇ ਲਾਸਟ ਪਿੰਡ ਆ ਜੀ ਜਲੰਧਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਤੇ ਇਧਰੋਂ ਹੁਸ਼ਿਆਰਪੁਰ ਜ਼ਿਲ੍ਹਾ ਜਿਵੇਂ ਕਦੇ ਨਾਲ ਦੇ 1 ਕਿਲੋਮੀਟਰ ਦੇ ਸੜਕ ਆ ਜੀ ਬਾਦਲ ਦੀ ਜਲੰਧਰ ਦੀ ਠੀਕ ਹੈ ਜੀ ਤੇ ਵਿਦੇਸ਼ਾਂ ਵਿੱਚ ਜਿੱਦਾਂ ਤੁਹਾਡੇ ਭਾਈ ਸਾਹਿਬ ਇੱਥੇ ਜਹਿਦਰ ਬਲਦੇਵ ਸਿੰਘ ਹੋਣੀ ਉਹ ਵੀ ਬਹੁਤ ਸੇਵਾ ਕਰ ਰਹੇ ਆ ਅੰਮ੍ਰਿਤ ਸੰਚਾਰ ਦੀ ਸੇਵਾ ਕਰ ਰਹੇ ਆ ਤੇ ਤੁਸੀਂ ਵੀ ਆਪਣੇ ਵੱਲੋਂ ਕੋਈ ਬਾਹਰ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਆਪਣੇ ਵੱਲੋਂ ਦੇਖੋ ਮੈਂ ਇਹ ਕਹਿਣਾ ਵੀ
ਬੰਦਾ ਬਦਨਾਮ ਉਦੋਂ ਹੁੰਦਾ ਜੀ ਉਹ ਫਲਾਨੇ ਨੇ ਪੈਸੇ ਖਾ ਲਿਆ ਜੀ ਜਥੇਬੰਦੀ ਏਦਾਂ ਹੋ ਗਏ ਚਲੋ ਸਾਨੂੰ ਮਹਾਰਾਜ ਨੇ ਬੜਾ ਕੁਛ ਦਿੱਤਾ ਬਲਦੇਵ ਸਿੰਘ ਬੜੀ ਫਾਈਨੈਂਸ਼ੀ ਪੋਜੀਸ਼ਨ ਠੀਕ ਆ ਉਹ ਹਮ ਵੀ ਬਹੁਤ ਯੋਗਦਾਨ ਕਰਦਾ ਜੀ ਚਲੋ ਬੜੀ ਸੇਵਾ ਉਹਨੇ ਫ੍ਰੀ ਨਿਸ਼ਕਾਮ ਸੇਵਾ ਸਾਰੇ ਯੂਰਪ ਦੇ ਵਿੱਚ ਸੰਸਾਰ ਨੂੰ ਜਗ੍ਹਾ ਬਣਾਇਆ ਆਪਣਾ ਏਦਾਂ ਕਰਕੇ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਜਰਨ ਕਰਦੇ ਰਹੇ ਵਧੀਆ ਵਧੀਆ ਪ੍ਰਚਾਰ ਕਰ ਲਈਏ ਕਥਾ ਕਰਕੇ ਲਈਏ ਕਥਾ ਕਰ ਲਈਏ ਜਿਹੜਾ ਉਹਦੇ ਕਿਸਾਨਾਂ ਦੇ ਉਦੋਂ ਮੋਰਚੇ ਦੇ ਵਿੱਚ ਅਖੰਡ ਪਾਠ ਕਰਾਇਆ ਉਹਨੇ ਚੜ੍ਹਦੀ ਕਲਾ ਵਾਸਤੇ ਢਾਬੀ ਜਥਾ ਮੁਕਾਇਆ ਸੀ ਬਹੁਤ ਬਹੁਤ ਧੰਨਵਾਦ ਜੀ ਜਿਹੋ ਜੀ ਟਾਈਮ ਦੇਣ ਲਈ ਜਿਹੜਾ ਆਵਾਜ਼ ਕੌਮ ਲਈ ਟਾਈਮ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਛਾ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ